ਜਿਹੜੇ ਸਾਡੇ ਓਟੀ ਹੈ ਉਹ ਸੈਂਟਰਲੀ ਏਸੀ ਹੈ, ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ, ਏਅਰ ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਰੱਖਣ ਵਾਸਤੇ, ਜਿਹਦੇ ਨਾਲ ਕਿ ਅਸੀਂ ਓਪਰੇਟ ਕਰ ਸਕਦੇ ਹਾਂ। ਅਤੇ ਜਿਹੜੇ ਏਸੀ ਸਾਡੇ ਉਹ ਪਿਛਲੇ 1 ਹਫ਼ਤੇ ਤੋਂ ਬੰਦ ਹੈ, ਜਿਹਦੇ ਕਰਕੇ ਸਾਨੂੰ ਓਪਰੇਟ ਕਰਨ ਦੇ ਵਿੱਚ ਔਰਥੋਟੀ ਅਤੇ ਗਾਈਨੀ ਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ, ਅਤੇ ਆਪਾਂ ਓਪਰੇਟ ਕਰ ਨਹੀਂ ਪਾ ਰਹੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਅਤੇ ਸਵੈਟਿੰਗ ਹੋ ਜਾਂਦੀ ਹੈ। ਅਤੇ ਉਦੋਂ ਦਾ ਅਸੀਂ ਕਰ ਰਹੇ ਹਾਂ ਥੋੜ੍ਹਾ ਬਹੁਤਾ, ਬਟ ਉਹਦਾ ਕੋਈ ਸਲਿਊਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ। ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਸੀਗੀ ਇਹ ਖਰਾਬ ਹੋਏ ਪਏ ਹੈ, ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ। ਸਿਰਫ ਇੱਕ ਗਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏ ਸੀ 1 ਲਗਾਇਆ ਸੀ, ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ, ਜਦਕਿ ਇਹ ਸੈਂਟਰਲੀ ਏ ਸੀ ਕਨਸੈਪਟ ਹੈ। 1 ਵਿੰਡੋ AC ਨਾਲ ਪੂਰਾ ਆਪਾਂ ਉਹਨੂੰ OT ਨੂੰ ਰਨ ਨਹੀਂ ਕਰ ਸਕਦੇ ਹੈ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਅਸੀਂ ਫਿਰ ਵੀ ਖੜ੍ਹੇ ਹੋ ਗਏ, ਪਸੀਨੇ ਦੇ ਵਿੱਚ ਕਰ ਦਿੰਦੇ ਹਾਂ, ਪਰ ਜਿਹੜਾ ਪਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ, ਅਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ, ਜਿਹਦੀ ਕਿ ਉਸ ਤੋਂ ਬਾਅਦ ਉਹਦੀ ਜਾਨ 'ਤੇ ਵੀ ਖਤਰਾ ਬਣ ਸਕਦਾ ਆ, ਜਾਂ ਪੇਸ਼ੈਂਟ ਬਾਅਦ ਵਿੱਚ ਸਾਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ। ਸੋ ਅਸੀਂ ਰਿਕੁਐਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ, ਸੋ ਦੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਅਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ। ਹਾਂਜੀ, ਸਾਰੇ ਗਾਈਨੋਕੋਲੋਜਿਸਟ ਨੇ, ਔਰਥੋਪੈਡਿਕ ਸਰਜਨ ਅਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ 'ਚ ਪੋਸਟਪੋਨ ਕੀਤੀਆਂ ਸੀ, ਤਾਂ ਕਿ ਸ਼ਾਇਦ ਕੱਲ੍ਹ ਤੱਕ ਕੋਈ ਹੋ ਜਾਏ, ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਦਿਨ ਦੇ ਵਿੱਚ ਸ਼ਾਇਦ ਠੀਕ ਹੋ ਜਾਏ। 3-4 ਦਿਨ ਹੋ ਗਿਆ ਜੀ ਡਿਲੀਵਰੀ ਕੇਸ ਹੋਣ। ਕੀ ਕਹਿ ਰਹੇ ਡਾਕਟਰ? ਡਾਕਟਰ ਕਹਿ ਰਿਹਾ ਵੀ ਇੱਥੇ AC ਨਹੀਂ ਚੱਲ ਰਹੇ, ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ। 3-4 ਦਿਨ ਤਾਂ ਹੋ ਗਿਆ ਜੀ ਖੱਜਲ ਖਰਾਬ ਹੁੰਦਿਆਂ, ਕੱਲ੍ਹ ਨੂੰ ਬੱਚੇ ਨੂੰ ਕੁਛ ਹੋ ਜਾਏ ਜਾਂ ਕੋਈ ਮਰੀਜ਼ ਨੂੰ ਕੁਛ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਆ? ਸਾਨੂੰ ਤਾਂ ਦਿਖ ਨਹੀਂ ਰਿਹਾ ਕੋਈ ਕੋਈ ਫੈਸਿਲਿਟੀ ਮਿਲਣ ਦੀ, ਇਹ ਤਾਂ ਕੋਈ ਪਤਾ ਨਹੀਂ ਲੱਗਣ ਦਿਆ। 3-4 ਦਿਨ ਹੋ ਗਿਆ ਖਰਾਬ ਹੁੰਦੇ, ਜੇ ਕੋਈ ਸਹੂਲਤ ਮਿਲਣ ਦੀ ਹੁੰਦੀ ਤਾਂ ਇੱਦਾਂ ਖੱਜਲ ਖਰਾਬ ਨਾ ਹੁੰਦੇ। ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤਾਂ ਹੋ ਹੀ ਰਹੇ ਖੱਜਲ ਖਰਾਬ, ਕੋਈ ਹੋਰ ਨਾ ਹੋਵੇ, ਜੋ ਸਹੂਲਤਾਂ ਚਾਹੀਦੀਆਂ ਵਾ ਹਸਪਤਾਲ ਵਿੱਚ ਉਹ ਮਿਲਣ। ਘੰਟਾ 2 ਚੱਲੇ ਘੰਟੇ ਪੈਰ ਦੀ ਹੱਡੀ, 2 ਨਹੀਂ 2.5 ਘੰਟੇ ਤਾਂ ਉੱਥੇ ਹੋ ਗਿਆ, 9:30 ਦੇ ਆਏ ਆ। ਉਹ ਪੈਰ 'ਚ ਫ੍ਰੈਕਚਰ ਹੱਡੀ ਥੋੜ੍ਹੀ ਜਿਹੀ, ਉਹਦਾ ਆਪਰੇਸ਼ਨ ਕਰਨਾ ਉਹਨਾਂ ਨੇ, ਤਾਂ ਕਰਨ ਨਹੀਂ ਦਿਆ ਅੱਜ ਤੱਕ। ਕੀ ਕਹਿੰਦੇ ਡਾਕਟਰ? ਡਾਕਟਰ ਕੀ ਕਹਿੰਦੇ, ਹੜਤਾਲ ਕੀਤੀ ਆ। ਬੰਦਾ ਹੜਤਾਲ ਕਾਹਦੀ, ਤੁਸੀਂ ਬੰਦੇ ਤਾਂ ਤੁਸੀਂ ਠੀਕ ਕਰੋ, ਕਹਿੰਦੇ AC ਖਰਾਬ, ਤੁਸੀਂ AC ਠੀਕ ਕਰਾਓ ਤਾਂ ਚੁੱਪ ਕਰਕੇ ਉਹ ਜਿਹੜੇ ਪੈਸੇ ਪਾਉਂਦੇ ਆ ਗੌਰਮੈਂਟ ਨੂੰ ਪਾਓ, ਜੇ ਸਰਕਾਰੀ ਹੋਸਪਿਟਲ ਆ ਤਾਂ ਠੀਕ ਨੇ। ਕੋਈ ਸਹੂਲਤ ਨਹੀਂ ਆਏਗੀ, ਕੋਈ ਸਹੂਲਤ ਨਹੀਂ ਦਿੱਤੀ ਭਗਵੰਤ ਮਾਨ ਨੇ। ਜਿਹੜਾ ਨੰਬਰ ਲਾਂਚ ਕੀਤਾ ਮੈਂ ਕਹਿੰਦਾ ਉੱਥੇ ਕੰਪਲੇਂਟ ਕਰਨੀ ਪੈਣੀ ਲੱਗਦਾ ਇਸ ਹਿਸਾਬ ਨਾਲ, ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ।